ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਠੀਕ ਠਾਕ ਹੋ ਜੀ ਸਾਰੇ? ਇੱਕ ਹੋਰ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਜੀ। ਕਹਾਣੀ ਆ ਜੀ ਦੋ ਬੰਦਿਆਂ ਦੀ। ਇੱਕ ਬੰਦਾ ਬਹੁਤ ਕਾਮਯਾਬੀ ਦੇ ਸਿਖਰ 'ਤੇ ਸੀ ਅਤੇ ਇੱਕ ਬੰਦਾ ਨਾਕਾਮਯਾਬ ਸੀਗਾ। ਦੋਨੋਂ ਆਹਮਣੇ ਸਾਹਮਣੇ ਬੈਠੇ। ਹੁਣ ਕਾਮਯਾਬ ਇਨਸਾਨ ਅਤੇ ਇੱਕ ਨਾਕਾਮਯਾਬ ਇਨਸਾਨ ਕੀ ਗੱਲਾਂ ਕਰ ਰਹੇ ਨੇ ਆਪਸ 'ਚ? ਉਹ ਪਹਿਲਾਂ ਨਾਕਾਮਯਾਬ ਬੰਦਾ ਕਾਮਯਾਬ ਨੂੰ ਪੁੱਛਦਾ ਵੀ ਤੂੰ ਕਿਵੇਂ ਇੰਨਾ ਕਾਮਯਾਬ ਆ, ਕੀ ਰਾਜ ਆ? ਉਹ ਕਹਿੰਦਾ ਵੀ ਜੋ ਕੁਝ ਵੀ ਅੱਜ ਮੈਂ ਹੈਗਾ ਵਾਂ, ਤੇਰੇ ਵਰਗੇ ਨਾਕਾਮਯਾਬ ਬੰਦਿਆਂ ਨੂੰ ਮਿਲ ਮਿਲ ਕੇ ਇੱਥੇ ਤੱਕ ਪਹੁੰਚਿਆ ਵਾਂ। ਉਹ ਕਹਿੰਦਾ ਨਾਕਾਮਯਾਬ ਬੰਦਾ ਕਹਿੰਦਾ ਵੀ ਇਹ ਕਿੱਦਾਂ ਪੋਸੀਬਲ ਆ? ਨਾਕਾਮਯਾਬ ਬੰਦਿਆਂ ਦੇ ਤਜ਼ਰਬੇ ਤੋਂ ਤੂੰ ਕਾਮਯਾਬ ਕਿਵੇਂ ਬਣ ਗਿਆ? ਕਿਸੇ ਬੰਦੇ ਨੇ ਜਦੋਂ ਕਾਮਯਾਬ ਹੋਣਾ, ਉਹ ਤਾਂ ਕਹਾਣੀਆਂ ਕਾਮਯਾਬ ਬੰਦਿਆਂ ਦੀਆਂ ਹੀ ਸੁਣੂਗਾ, ਉਹਨਾਂ ਨੂੰ ਰੋਲ ਮਾਡਲ ਮੰਨੂਗਾ। ਤੂੰ ਸਾਡੇ ਵਰਗੇ ਫੇਲੀਅਰਸ ਤੋਂ ਕੀ ਸਿੱਖਦਾ? ਉਹ ਕਹਿੰਦਾ ਚੱਲ ਠੀਕ ਆ, ਤੇਰੀ ਗੱਲ ਦਾ ਮੈਂ ਜਵਾਬ ਦਊਂਗਾ। ਕਾਮਯਾਬ ਇਨਸਾਨ ਕਹਿੰਦਾ ਵੀ ਤੂੰ ਪਹਿਲਾਂ ਮੈਨੂੰ ਦੱਸ, ਤੂੰ ਨਾਕਾਮਯਾਬ ਕਿਵੇਂ ਬਣਿਆ? ਉਹ ਬੰਦਾ ਕਹਿੰਦਾ ਵੀ ਮੈਂ ਵੀ ਤੇਰੇ ਵਾਂਗੂ ਕਦੇ ਬੜਾ ਅਮੀਰ ਸੀ, ਮੈਂ ਇੱਕ ਕਾਮਯਾਬ ਇਨਸਾਨ ਸੀ, ਮੈਂ ਇੱਕ ਬਹੁਤ ਵੱਡੀ ਕੰਪਨੀ ਲਗਾਈ ਸੀ ਅਤੇ ਜਿਹੜੀ ਬਹੁਤ ਬੁਲੰਦੀਆਂ 'ਤੇ ਮੈਂ ਲੈ ਕੇ ਗਿਆ ਸੀ, ਮੈਨੂੰ ਬਹੁਤ ਪ੍ਰੋਫਿਟ ਦਿੱਤਾ ਉਸ ਕੰਪਨੀ ਨੇ। ਕਹਿੰਦਾ ਅੱਛਾ, ਫਿਰ ਤੂੰ ਕਿਵੇਂ ਥੱਲੇ ਕਿਵੇਂ ਆਇਆ? ਕਹਿੰਦਾ ਵੀ ਮੈਂ ਲਾਲਚ ਕੀਤਾ ਅਤੇ ਇੱਕ ਸਾਲ ਦੇ ਵਿੱਚ ਹੀ ਮੈਂ ਇਹ ਸੋਚਿਆ ਵੀ ਇੱਕ ਕੰਪਨੀ ਮੈਂ ਹੋਰ ਲਗਾ ਦਾਂ ਅਤੇ ਜਿੰਨਾ ਵੀ ਮੇਰੇ ਕੋਲ ਬੈਕਅਪ ਸੀ, ਜੋ ਵੀ ਪੈਸਾ ਸੀ, ਮੈਂ ਸਾਰਾ ਉਹ ਦੂਜੀ ਕੰਪਨੀ 'ਤੇ ਲਾਤਾ। ਜਦੋਂ ਮੈਂ ਇੱਕ ਕੰਪਨੀ ਕਾਮਯਾਬ ਸੀ, ਨਾਲ ਹੀ ਲਾਲਚ ਕਰਕੇ ਦੂਜੀ ਕੰਪਨੀ ਲਗਾਈ, ਤਾਂ ਮੇਰਾ ਧਿਆਨ ਜਿਹੜਾ ਉਹ ਦੋਨੋਂ ਪਾਸੇ ਹੋ ਗਿਆ, ਮੈਂ ਫੋਕਸ ਨਹੀਂ ਕਰ ਸਕਿਆ। ਹੌਲੀ ਹੌਲੀ ਕਰਦੇ 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 ਮੇਰੀ ਦੂਜੀ ਕੰਪਨੀ ਕੀ ਚੱਲਣੀ ਸੀ, ਉਹਨੇ ਪਹਿਲੀ ਜਿਹੜੀ ਚੱਲ ਰਹੀ ਸੀ ਉਹ ਵੀ ਡਬੋਤੀ, ਕਿਉਂਕਿ ਬੰਦਾ ਉਹ ਪੂਰੀ ਤਰ੍ਹਾਂ ਡੈਡੀਕੇਸ਼ਨ ਦੇ ਹੀ ਨਹੀਂ ਪਾਇਆ, ਧਿਆਨ ਉਹਦਾ ਲੱਗ ਹੀ ਨਹੀਂ ਪਾਇਆ। ਸੋ ਦੋਨੋਂ ਕੰਪਨੀਆਂ ਹੋ ਗਈਆਂ ਫੇਲ। ਕਹਿੰਦਾ ਮੈਂ ਬਚਾ ਵੀ ਲੈਂਦਾ ਕਿਸੇ ਤਰੀਕੇ, ਪਰ ਮੈਂ ਬੈਕਅਪ ਕੁਛ ਵੀ ਨਹੀਂ ਛੱਡਿਆ, ਇੱਕ ਵੀ ਰੁਪਈਆ ਸਾਂਭ ਕੇ ਨਹੀਂ ਰੱਖਿਆ ਕਿ ਮੈਂ ਆਪਣੀਆਂ ਕੰਪਨੀਆਂ ਡੁੱਬਦੀਆਂ ਨੂੰ ਬਚਾ ਸਕਾਂ। ਇਹ ਮੇਰੇ ਫੇਲੀਅਰ ਦਾ ਕਾਰਨ ਆ ਅਤੇ ਮੈਂ ਤਾਂ ਕਰਕੇ ਨਾਕਾਮਯਾਬ ਹੋ ਕੇ ਅੱਜ ਤੇਰੇ ਸਾਹਮਣੇ ਬੈਠਾ। ਅੱਛਾ ਚਲੋ, ਕਾਮਯਾਬ ਬੰਦਾ ਕਹਿੰਦਾ ਫਿਰ ਠੀਕ ਆ, ਤੇ ਤੂੰ ਗਲਤੀ ਹੋਈ ਮੈਂ ਮੰਨਦਾ, ਪਰ ਤੂੰ ਤੋਂ ਸਿੱਖਿਆ ਕੀ? ਨਾਕਾਮਯਾਬ ਬੰਦਾ ਕਹਿੰਦਾ ਵੀ ਮੈਂ ਆਪਣੀ ਉਸ ਗਲਤੀ ਤੋਂ ਕੀ ਸਿੱਖਣਾ ਸੀ? ਜੇ ਮੈਂ ਕਾਮਯਾਬੀ ਦੇ ਉੱਤੇ ਬਣਿਆ ਰਹਿੰਦਾ ਤਾਂ ਮੈਂ ਬਹੁਤ ਕੁਝ ਸਿੱਖਦਾ, ਮੈਂ ਕੁਝ ਨਹੀਂ ਸਿੱਖਿਆ। ਉਹ ਬੰਦਾ ਉਹਨੂੰ ਜਵਾਬ ਦਿੰਦਾ ਜਿਹੜਾ ਕਾਮਯਾਬ ਇਨਸਾਨ ਸੀ ਕਿ ਜਿਹੜਾ ਤੂੰ ਆਹ ਜਵਾਬ ਦੇ ਰਿਹਾ ਕਿ ਤੂੰ ਕੁਝ ਸਿੱਖਿਆ ਹੀ ਨਹੀਂ ਉਸ ਗਲਤੀ ਤੋਂ, ਤੂੰ ਤਾਂ ਹੀ ਅੱਜ ਵੀ ਨਾਕਾਮਯਾਬ ਆ। ਤੂੰ ਹੁਣ ਵੀ ਕਾਮਯਾਬ ਹੋ ਸਕਦਾ, ਪਰ ਤੂੰ ਆਪਣੀ ਗਲਤੀ ਤੋਂ ਕੁਝ ਵੀ ਨਹੀਂ ਸਿੱਖਿਆ, ਤੂੰ ਇੱਥੇ ਬੈਠਾ ਹਾਲੇ ਵੀ। ਮੈਂ ਕਾਮਯਾਬ ਤਾਂ ਵਾਂ ਕਿ ਤੇਰੇ ਵਰਗੇ ਪਤਾ ਨਹੀਂ ਮੈਨੂੰ ਕਿੰਨੇ ਮਿਲੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਜ਼ਿੰਦਗੀ 'ਚ ਗਲਤੀਆਂ ਕੀਤੀਆਂ, ਅਤੇ ਮੈਂ ਸੋਚਿਆ ਕਿ ਉਹ ਗਲਤੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ। ਤੂੰ ਹੁਣ ਮੈਨੂੰ ਦੱਸਿਆ ਕਿ ਇੱਕ ਕੰਪਨੀ ਚੱਲਦੀ ਸੀ ਚੰਗੀ ਭਲੀ, ਤੂੰ ਦੂਜੀ ਕੰਪਨੀ ਲਗਾ ਲਈ, ਅਤੇ ਮੈਂ ਵੀ ਜੇ ਸੋਚ ਵੀ ਰਿਹਾ ਹੁੰਦਾ ਨਾ ਕਿ ਮੇਰੀ ਇੱਕ ਕੰਪਨੀ ਆ, ਮੈਂ ਦੂਜੀ ਕੰਪਨੀ ਲਾਉਣ ਬਾਰੇ ਜੇ ਪਲੈਨਿੰਗ ਵੀ ਕਰ ਰਿਹਾ ਹੁੰਦਾ, ਤੇਰੀ ਕਹਾਣੀ ਸੁਣ ਕੇ ਮੈਂ ਉਹ ਕੈਂਸਲ ਕਰਤੀ। ਇਹੀ ਮੇਰੀ ਕਾਮਯਾਬੀ ਦਾ ਰਾਜ ਆ। ਉਹ ਜਿਹੜਾ ਨਾਕਾਮਯਾਬ ਬੰਦਾ ਸੀ, ਜ਼ਰੂਰ ਉਹਦੇ ਇੱਕ ਅੱਖਾਂ ਖੁੱਲ੍ਹ ਜਾਂਦੀਆਂ, ਉਹਦੇ ਕੰਨ ਖੁੱਲ੍ਹ ਜਾਂਦੇ ਆ ਵੀ ਬਿਲਕੁਲ ਸਹੀ ਗੱਲ ਆ, ਕਾਮਯਾਬੀ ਤਾਂ ਹੀ ਮਿਲੂਗੀ ਜੇ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਾਂਗੇ। ਦੋਸਤੋ, ਸਿੱਖਿਆ ਵੀ ਇਹੀ ਆ। ਇੱਕ ਤਾਂ ਸਿੱਖਿਆ ਇਹ ਮਿਲ ਗਈ ਆਪਾਂ ਨੂੰ ਕਿ ਲਾਲਚ ਕਦੇ ਨਾ ਕਰੋ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ, ਜਿੱਦਾਂ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਆ, ਅਤੇ ਉਹ ਬੰਦਾ ਇੱਕ ਵਾਰ 'ਚ ਹੀ ਉਹਨੂੰ ਵੱਢ ਦਿੰਦਾ ਕਿ ਸਾਰੇ ਅੰਡੇ ਆ ਜਿਹੜੇ ਇੱਕ ਵਾਰੀ ਮੇਰੇ ਕੋਲ ਆ ਜਾਣ, ਅਤੇ ਉਹ ਜਿਹੜਾ ਇੱਕ ਅੰਡਾ ਰੋਜ਼ ਦਾ ਆਉਂਦਾ ਸੀ ਉਹ ਤੋਂ ਵੀ ਜਾਂਦਾ। ਸੋ ਕਈ ਵਾਰ ਆਪਾਂ ਵੀ ਇੱਦਾਂ ਲਾਲਚ ਕਰ ਜਾਂਦੇ ਹਾਂ ਵੀ ਪੈਸਾ ਇੱਕਦਮ ਸਾਡੇ ਕੋਲ ਆ ਜਾਵੇ ਅਤੇ ਅਸੀਂ ਵਿਹਲੇ ਬਹਿ ਕੇ ਖਾਈਏ। ਉਸ ਲਾਲਚ ਦੇ ਵਿੱਚ ਜੋ ਸਾਡੇ ਕੋਲ ਸੋਰਸ ਆਫ ਇਨਕਮ ਬਣੇ ਹੁੰਦੇ ਨੇ, ਆਪਾਂ ਉਹਨਾਂ ਨੂੰ ਵੀ ਗਵਾ ਲੈਂਦੇ ਹਾਂ। ਅਤੇ ਦੂਜੀ ਸਿੱਖਿਆ,
ਕਿ ਆਪਣੀਆਂ ਗਲਤੀਆਂ ਤੋਂ ਹਮੇਸ਼ਾ ਸਬਕ ਲਓ, ਉਹਨਾਂ ਨੂੰ ਸੁਧਾਰੋ, ਹਿੰਮਤ ਕਦੇ ਨਾ ਹਾਰੋ ਅਤੇ ਨਵੇਂ ਸਿਰੇ ਤੋਂ ਹਮੇਸ਼ਾ ਸ਼ੁਰੂਆਤ ਕਰੋ ਅਤੇ ਮੈਚਿਓਰਟੀ ਦੇ ਨਾਲ ਪੁਰਾਣੀਆਂ ਭੁੱਲਾਂ ਨੂੰ ਦੁਬਾਰਾ ਨਾ ਰਿਪੀਟ ਕਰਕੇ ਕਾਮਯਾਬੀ ਵੱਲ ਨੂੰ ਜ਼ਰੂਰ ਵਧੋ। ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਕਹਾਣੀ। ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਚੰਗੀ ਲੱਗੀ ਹੋਊਗੀ, ਬਹੁਤ ਮੋਟੀਵੇਸ਼ਨ ਤੁਹਾਨੂੰ ਮਿਲੀ ਹੋਊਗੀ। ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਨੂੰ ਲੈ ਕੇ ਜਲਦੀ ਹਾਜ਼ਰ ਹੋਣਾ ਜੀ।